ਆਪਣੇ ਬਿਆਨਾਂ ਦੇ ਕਰਕੇ ਚਰਚਾ ਦੇ ਵਿੱਚ ਰਹਿਣ ਵਾਲਾ ਹਨੀ ਸੇਠੀ, ਜਿਸ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਹਨੀ ਸੇਠੀ ਦੇ ਨਾਲ ਨਾਲ ਅਵੀ ਸਿੱਧੂ ਤੇ ਵੀ ਮਾਮਲਾ ਦਰਜ ਹੋਇਆ ਹੈ। ਨਵਜੀਤ ਕੌਰ ਦੀ ਸ਼ਿਕਾਇਤ ਉੱਪਰ ਇਹ ਪਰਚਾ ਦਰਜ ਕੀਤਾ ਗਿਆ। ਧਾਰਾ 75(2), 79(2), 356(2), 351(2) ਆਈਟੀ ਐਕਟ ਤਹਿਤ ਧਾਰਾ 66(67)A ਤਹਿਤ ਪਰਚਾ ਦਰਜ ਕੀਤਾ ਗਿਆ। ਨਵਜੀਤ ਕੌਰ ਦੇ ਇਲਜ਼ਾਮ ਨੇ ਕਿ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ, ਸੋਸ਼ਲ ਮੀਡੀਆ ਤੇ ਫੋਟੋਆਂ ਵਾਇਰਲ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ, ਬਲੈਕਮੇਲ ਦੇ ਵੀ ਇਲਜ਼ਾਮ ਲਗਾਏ ਗਏ ਨੇ, ਫੇਸਬੁੱਕ ਤੇ ਇਤਰਾਜ਼ਯੋਗ ਵੀਡੀਓ ਪਾਉਣ ਦੀ ਧਮਕੀ ਦਿੱਤੀ ਗਈ। ਹਨੀ ਸੇਠੀ ਅਤੇ ਅਵੀ ਸਿੱਧੂ ਤੇ ਬਲੈਕਮੇਲ ਕਰਨ ਦੇ ਇਲਜ਼ਾਮ ਲੱਗੇ ਨੇ। ਤਾਂ ਇਹ ਇੱਕ ਲੜਕੀ ਹੈ ਨਵਜੀਤ ਕੌਰ, ਜਿਸ ਦੀ ਸ਼ਿਕਾਇਤ ਉੱਪਰ ਹਨੀ ਸੇਠੀ ਅਤੇ ਅਵੀ ਸਿੱਧੂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਆਪਣੇ ਬਿਆਨਾਂ ਦੇ ਵਿੱਚ ਇਹ ਲੜਕੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਹਨੀ ਸੇਠੀ ਅਤੇ ਅਵੀ ਸਿੱਧੂ ਬਲੈਕਮੇਲ ਕਰ ਰਹੇ ਨੇ ਅਤੇ ਮੇਰੇ ਪਾਸੋਂ ਪੈਸਿਆਂ ਦੀ ਮੰਗ ਵੀ ਕਰਦੇ ਨੇ ਅਤੇ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਜੇ ਮੈਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਉਹ ਮੇਰਾ ਜਾਨੀ ਮਾਲੀ ਨੁਕਸਾਨ ਵੀ ਕਰ ਦੇਣਗੇ ਅਤੇ ਸੋਸ਼ਲ ਮੀਡੀਆ ਤੇ ਮੇਰੀਆਂ ਫੇਕ ਫੋਟੋਆਂ ਵਾਇਰਲ ਕਰ ਦੇਣਗੇ। ਅਵੀ ਸਿੱਧੂ ਵੱਲੋਂ ਮੇਰੇ ਬਾਰੇ ਜੋ ਗਲਤ ਪੋਸਟ ਫੇਕ ਤਰੀਕੇ ਨਾਲ ਬਣਾ ਕੇ ਪਾਈ ਗਈ, ਉਹ ਪੋਸਟ ਮੇਰੇ ਸੱਜਣਾ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਵੱਲੋਂ ਦੇਖੀ ਗਈ ਹੈ ਅਤੇ ਜਿਸ ਨਾਲ ਮੇਰੀ ਛਵੀ ਮੇਰੇ ਸੱਜਣਾ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਿੱਚ ਖਰਾਬ ਹੋ ਗਈ ਹੈ। ਇਹ ਸਾਰੀਆਂ ਪੋਸਟਾਂ ਫੇਕ ਅਤੇ ਜਾਲੀ ਨੇ ਅਤੇ ਇਹ ਸਿਰਫ ਅਵੀ ਸਿੱਧੂ ਅਤੇ ਇੰਦਰਪ੍ਰੀਤ ਸਿੰਘ ਉਰਫ ਹਨੀ ਸੇਠੀ ਦੇ ਵੱਲੋਂ ਮੈਨੂੰ ਬਲੈਕਮੇਲ ਕਰਨ ਦੇ ਲਈ ਅਤੇ ਸਮਾਜ ਦੇ ਵਿੱਚ ਮੇਰੀ ਛਵੀ ਖਰਾਬ ਕਰਨ ਦੇ ਲਈ ਪਾਈਆਂ ਗਈਆਂ ਨੇ, ਜੋ ਕਿ ਬਿਲਕੁਲ ਝੂਠੀਆਂ ਅਤੇ ਬੇਬੁਨਿਆਦ ਨੇ। ਅਵੀ ਸਿੱਧੂ ਅਤੇ ਹਨੀ ਸੇਠੀ ਬਲੈਕਮੇਲਰ ਨੇ, ਇਹ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਧਮਕਾਉਂਦੇ ਨੇ ਅਤੇ ਉਹਨਾਂ ਦੇ ਸੋਸ਼ਲ ਮੀਡੀਆ 'ਤੇ ਬਹੁਤ ਫੋਲੋਵਰ ਨੇ। ਜੇਕਰ ਕੋਈ ਉਹਨਾਂ ਦੇ ਕਹੇ ਅਨੁਸਾਰ ਨਹੀਂ ਚੱਲਦਾ ਤਾਂ ਉਹ ਫੇਕ ਫੋਟੋਆਂ ਪਾ ਕੇ ਵੀਡੀਓ ਬਣਾ ਕੇ ਉਸਦੀ ਛਵੀ ਨੂੰ ਖਰਾਬ ਕਰ ਦਿੰਦੇ ਨੇ। ਸੋ ਹਨੀ ਸੇਠੀ ਹਮੇਸ਼ਾ ਚਰਚਾ ਦੇ ਵਿੱਚ ਰਹਿੰਦਾ ਹੈ। ਇਹਨਾਂ ਦੇ ਵੱਖ ਵੱਖ ਥਾਵਾਂ 'ਤੇ ਬੂਟਾਂ ਦੇ ਸ਼ੋਅਰੂਮ ਨੇ ਔਰ ਇਹ ਸਮੇਂ ਸਮੇਂ 'ਤੇ ਲਾਈਵ ਹੋ ਕੇ ਪੰਜਾਬ ਦੇ ਵੱਖ ਵੱਖ ਮੁੱਦਿਆਂ 'ਤੇ ਵੀ ਬੋਲਦਾ ਰਹਿੰਦਾ ਹੈ। ਤਾਂ ਹੁਣ ਪੁਲਿਸ ਦੇ ਵੱਲੋਂ ਹਨੀ ਸੇਠੀ ਅਤੇ ਅਵੀ ਸਿੱਧੂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਵੱਖ ਵੱਖ ਧਰਾਵਾਂ ਨੇ ਨਵਜੀਤ ਕੌਰ ਦੀ ਸ਼ਿਕਾਇਤ ਉੱਪਰ ਇਹ ਕਾਰਵਾਈ ਕੀਤੀ ਗਈ ਹੈ। ਬਲੈਕਮੇਲ, ਪੈਸੇ ਲੈਣ ਅਤੇ ਫੇਸਬੁੱਕ 'ਤੇ ਇਤਰਾਜ਼ਯੋਗ ਵੀਡੀਓ ਪਾਉਣ ਦੀ ਧਮਕੀ ਹੈ ਜਿਹੜੀ ਅਵੀ ਸਿੱਧੂ ਅਤੇ ਹਨੀ ਸੇਠੀ ਦੇ ਵੱਲੋਂ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਦੋਵਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਆਪਣੇ ਬਿਆਨਾਂ ਦੇ ਕਰਕੇ ਚਰਚਾ ਦੇ ਵਿੱਚ ਰਹਿਣ ਵਾਲਾ ਹਨੀ ਸੇਠੀ, ਜਿਸ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਹਨੀ ਸੇਠੀ ਦੇ ਨਾਲ ਨਾਲ ਅਵੀ ਸਿੱਧੂ ਤੇ ਵੀ ਮਾਮਲਾ ਦਰਜ ਹੋਇਆ ਹੈ। ਨਵਜੀਤ ਕੌਰ ਦੀ ਸ਼ਿਕਾਇਤ ਉੱਪਰ ਇਹ ਪਰਚਾ ਦਰਜ ਕੀਤਾ ਗਿਆ। ਧਾਰਾ 75(2), 79(2), 356(2), 351(2) ਆਈਟੀ ਐਕਟ ਤਹਿਤ ਧਾਰਾ 66(67)A ਤਹਿਤ ਪਰਚਾ ਦਰਜ ਕੀਤਾ ਗਿਆ। ਨਵਜੀਤ ਕੌਰ ਦੇ ਇਲਜ਼ਾਮ ਨੇ ਕਿ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ, ਸੋਸ਼ਲ ਮੀਡੀਆ 'ਤੇ ਫੋਟੋਆਂ ਵਾਇਰਲ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ, ਬਲੈਕਮੇਲ ਦੇ ਵੀ ਇਲਜ਼ਾਮ ਲਗਾਏ ਗਏ ਨੇ, ਫੇਸਬੁੱਕ 'ਤੇ ਇਤਰਾਜ਼ਯੋਗ ਵੀਡੀਓ ਪਾਉਣ ਦੀ ਧਮਕੀ ਦਿੱਤੀ ਗਈ। ਹਨੀ ਸੇਠੀ ਅਤੇ ਅਵੀ ਸਿੱਧੂ 'ਤੇ ਬਲੈਕਮੇਲ ਕਰਨ ਦੇ ਇਲਜ਼ਾਮ ਲੱਗੇ ਨੇ। ਤਾਂ ਇਹ ਇੱਕ ਲੜਕੀ ਹੈ ਨਵਜੀਤ ਕੌਰ, ਜਿਸ ਦੀ ਸ਼ਿਕਾਇਤ ਉੱਪਰ ਹਨੀ ਸੇਠੀ ਅਤੇ ਅਵੀ ਸਿੱਧੂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਆਪਣੇ ਬਿਆਨਾਂ ਦੇ ਵਿੱਚ ਇਹ ਲੜਕੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਹਨੀ ਸੇਠੀ ਅਤੇ ਅਵੀ ਸਿੱਧੂ ਬਲੈਕਮੇਲ ਕਰ ਰਹੇ ਨੇ ਅਤੇ ਮੇਰੇ ਪਾਸੋਂ ਪੈਸਿਆਂ ਦੀ ਮੰਗ ਵੀ ਕਰਦੇ ਨੇ ਅਤੇ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ।
ਜੇ ਮੈਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਉਹ ਮੇਰਾ ਜਾਨੀ ਮਾਲੀ ਨੁਕਸਾਨ ਵੀ ਕਰ ਦੇਣਗੇ ਅਤੇ ਸੋਸ਼ਲ ਮੀਡੀਆ ਤੇ ਮੇਰੀਆਂ ਫੇਕ ਫੋਟੋਆਂ ਵਾਇਰਲ ਕਰ ਦੇਣਗੇ। ਅਵੀ ਸਿੱਧੂ ਵੱਲੋਂ ਮੇਰੇ ਬਾਰੇ ਜੋ ਗਲਤ ਪੋਸਟ ਫੇਕ ਤਰੀਕੇ ਨਾਲ ਬਣਾ ਕੇ ਪਾਈ ਗਈ, ਉਹ ਪੋਸਟ ਮੇਰੇ ਸੱਜਣਾ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਵੱਲੋਂ ਦੇਖੀ ਗਈ ਹੈ ਅਤੇ ਜਿਸ ਨਾਲ ਮੇਰੀ ਛਵੀ ਮੇਰੇ ਸੱਜਣਾ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਿੱਚ ਖਰਾਬ ਹੋ ਗਈ ਹੈ। ਇਹ ਸਾਰੀਆਂ ਪੋਸਟਾਂ ਫੇਕ ਅਤੇ ਜਾਲੀ ਨੇ ਅਤੇ ਇਹ ਸਿਰਫ ਅਵੀ ਸਿੱਧੂ ਅਤੇ ਇੰਦਰਪ੍ਰੀਤ ਸਿੰਘ ਉਰਫ ਹਨੀ ਸੇਠੀ ਦੇ ਵੱਲੋਂ ਮੈਨੂੰ ਬਲੈਕਮੇਲ ਕਰਨ ਦੇ ਲਈ ਅਤੇ ਸਮਾਜ ਦੇ ਵਿੱਚ ਮੇਰੀ ਛਵੀ ਖਰਾਬ ਕਰਨ ਦੇ ਲਈ ਪਾਈਆਂ ਗਈਆਂ ਨੇ, ਜੋ ਕਿ ਬਿਲਕੁਲ ਝੂਠੀਆਂ ਅਤੇ ਬੇਬੁਨਿਆਦ ਨੇ। ਅਵੀ ਸਿੱਧੂ ਅਤੇ ਹਨੀ ਸੇਠੀ ਬਲੈਕਮੇਲਰ ਨੇ, ਇਹ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਧਮਕਾਉਂਦੇ ਨੇ ਅਤੇ ਉਹਨਾਂ ਦੇ ਸੋਸ਼ਲ ਮੀਡੀਆ 'ਤੇ ਬਹੁਤ ਫੋਲੋਵਰ ਨੇ। ਜੇਕਰ ਕੋਈ ਉਹਨਾਂ ਦੇ ਕਹੇ ਅਨੁਸਾਰ ਨਹੀਂ ਚੱਲਦਾ ਤਾਂ ਉਹ ਫੇਕ ਫੋਟੋਆਂ ਪਾ ਕੇ ਵੀਡੀਓ ਬਣਾ ਕੇ ਉਸਦੀ ਛਵੀ ਨੂੰ ਖਰਾਬ ਕਰ ਦਿੰਦੇ ਨੇ। ਸੋ ਹਨੀ ਸੇਠੀ ਹਮੇਸ਼ਾ ਚਰਚਾ ਦੇ ਵਿੱਚ ਰਹਿੰਦਾ ਹੈ, ਇਹਨਾਂ ਦੇ ਵੱਖ ਵੱਖ ਥਾਵਾਂ 'ਤੇ ਬੂਟਾਂ ਦੇ ਸ਼ੋਅਰੂਮ ਨੇ ਔਰ ਇਹ ਸਮੇਂ ਸਮੇਂ 'ਤੇ ਲਾਈਵ ਹੋ ਕੇ ਪੰਜਾਬ ਦੇ ਵੱਖ ਵੱਖ ਮੁੱਦਿਆਂ 'ਤੇ ਵੀ ਬੋਲਦਾ ਰਹਿੰਦਾ ਹੈ। ਤਾਂ ਹੁਣ ਪੁਲਿਸ ਦੇ ਵੱਲੋਂ ਹਨੀ ਸੇਠੀ ਅਤੇ ਅਵੀ ਸਿੱਧੂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਵੱਖ ਵੱਖ ਧਰਾਵਾਂ ਨੇ ਨਵਜੀਤ ਕੌਰ ਦੀ ਸ਼ਿਕਾਇਤ ਉੱਪਰ ਇਹ ਕਾਰਵਾਈ ਕੀਤੀ ਗਈ ਹੈ। ਬਲੈਕਮੇਲ, ਪੈਸੇ ਲੈਣ ਅਤੇ ਫੇਸਬੁੱਕ 'ਤੇ ਇਤਰਾਜ਼ਯੋਗ ਵੀਡੀਓ ਪਾਉਣ ਦੀ ਧਮਕੀ ਹੈ ਜਿਹੜੀ ਅਵੀ ਸਿੱਧੂ ਅਤੇ ਹਨੀ ਸੇਠੀ ਦੇ ਵੱਲੋਂ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਦੋਵਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ।